ਇੱਦਾਂ ਬਹੁਤ ਔਖਾ ਹੋ ਜਾਂਦਾ ਯਾਰ। ਹੁਣ ਆਹ ਟਰੱਕ ਦਾ ਜਿਹੜਾ ਟਰਾਂਸਮਿਸ਼ਨ ਆ ਉਹ ਕੰਮ ਨਹੀਂ ਕਰ ਰਿਹਾ ਹੈ ਨਾ। ਲਵ ਦਾ ਇਹੀ ਐਂਟਰੈਂਸ ਆ, ਇਹੀ ਐਗਜ਼ਿਟ ਆ, ਅਤੇ ਖੜ੍ਹ ਵੀ ਬਿਲਕੁਲ ਵਿਚਾਲੇ ਗਿਆ। ਆਹ ਵੀ ਮੈਕਡੋਨਲ ਦੀ ਪਾਰਕਿੰਗ 'ਚ ਟਰੱਕ ਲਾਇਆ ਅੱਜ ਆਪਾਂ ਨੇ। ਹਾਂਜੀ ਬਾਬੇ, ਕੀ ਹਾਲ ਚਾਲ ਨੇ? ਵਧੀਆ ਸਾਰੇ। ਸਵੇਰ ਦਾ ਟਾਈਮ ਹੋ ਗਿਆ ਅਤੇ ਆਪਣੇ ਕੋਲ ਵੱਜ ਗਿਆ ਸਵੇਰ ਦੇ 10, ਅਤੇ ਆਪਾਂ ਪਹੁੰਚ ਗਏ ਫਲੋਰੀਡਾ ਅਤੇ ਉੱਠ ਕੇ ਤੁਰਨ ਲੱਗਿਆ ਹੁਣ ਆਪਾਂ। ਅਤੇ ਆਪਾਂ ਫਲੋਰੀਡਾ ਪਹੁੰਚ ਗਏ ਅਤੇ ਫਲੋਰੀਡਾ ਅੱਜ ਲੋਡ ਤਾਰਨ ਆਪਾਂ ਨੇ ਦੁਪਹਿਰ ਨੂੰ। ਇੱਥੋਂ ਬਾਟ ਰਹਿ ਗਈ ਆ ਸਾਰੀ, ਆਪਣੇ ਕੋਲ 100 ਕੁ ਮੀਲ ਰਹਿ ਗਈ ਆ। ਨਾਵਾਂ ਤੋਂ ਮੰਗੇ ਫਿਰ ਆਪਾਂ ਇੱਥੋਂ ਨਿਕਲ ਨਿਕਲਦੇ ਹਾਂ। ਤਾਂ ਲਾਸਟ ਵੀਡੀਓ ਦੇ ਵਿੱਚ ਆਪਾਂ ਦੱਸਿਆ ਸੀ ਵੀ ਆਪਣੇ ਵੀਰ ਕਿੱਥੋਂ ਕਿੱਥੋਂ ਜੁੜਿਆ, ਅਤੇ ਸਾਰਿਆਂ ਨੇ ਖੁੱਤੀ ਪਾ ਦਿੱਤੀ, ਬਹੁਤ ਜ਼ਿਆਦਾ ਕਮੈਂਟ ਆਏ ਮੈਨੂੰ ਲੱਗਦਾ ਸਾਰੇ ਪੰਜਾਬ 'ਚੋਂ, ਸਾਰੇ ਕਿਤੋਂ ਜਿੱਥੇ ਇੱਥੇ ਹੈਗੇ ਆਪਣੇ ਭਰਾ, ਬਹੁਤ ਜਣਿਆਂ ਨੇ ਦੱਸਿਆ। ਜਿਹੜੇ ਰਹਿ ਗਏ ਉਹ ਇਹ ਵੀਡੀਓ 'ਚ ਦੱਸ ਦਿਓ। ਅਤੇ ਇਹ ਵੀਡੀਓ ਦੇ ਵਿੱਚ ਇੱਕ ਇਹ ਚੀਜ਼ ਆ ਵੀ ਕਈ ਭਰਾ ਆਪਣੇ ਪੁੱਛਦੇ ਆ ਵੀ ਮੈਂ ਕਿੱਦਾਂ ਆਇਆ, ਸਵਾਲ ਸੀ ਕਈ ਵੀ, ਬਹੁਤ ਜਣਿਆਂ ਦੇ ਸਵਾਲ ਹੁੰਦੇ ਮੈਂ ਕਿੱਦਾਂ ਆਇਆ। ਮੈਂ ਵੀਰੇ ਕਬੱਡੀ ਬੇਸ 'ਤੇ ਵੀਜ਼ਾ ਲੱਗਿਆ ਸੀ, ਵੀਜ਼ਾ ਹੈਗਾ ਸੀ ਵੈਸਟਰਨ, 10 ਸਾਲਾਂ ਵੀਜ਼ਾ ਸੀ ਮੇਰੇ ਕੋਲ। ਮੈਂ ਉਹਦੇ ਬੇਸ 'ਤੇ ਅਮੈਰੀਕਾ ਆਇਆ ਸੀ, ਉਦੋਂ ਪਹਿਲਾਂ ਇੰਗਲੈਂਡ ਦਾ, ਕੈਨੇਡਾ ਦਾ ਮੇਰੇ ਕੋਲ ਵੀਜ਼ਾ ਸੀ, ਤਾਂ ਇਹ ਵੀਜ਼ਾ ਲੱਗ ਗਿਆ ਸੀ ਛੇਤੀ। ਅਤੇ ਉਸ ਤੋਂ ਬਾਅਦ ਇੱਕ ਹੋਰ ਸਵਾਲ ਸੀ ਵੀ ਜਿਹੜੀ ਮੇਰੀ ਸਾਈਕਲ ਆ ਟਰੱਕ ਦੇ ਵਿੱਚ, ਇਹ ਮੈਂ ਕਿੱਥੋਂ ਲਈ ਆ? ਇਹ ਸਾਈਕਲ ਵੀਰੇ ਮੈਂ ਲਈ ਆ ਐਮਾਜ਼ੋਨ ਤੋਂ, ਅਤੇ ਮੈਂ ਇੱਥੇ ਫੋਟੋ ਲਾ ਦੂੰਗਾ, ਲਿੰਕ ਲੁੰਕ ਜ਼ਿਆਦਾ ਜੇ ਮੇਰੇ ਕੋਲ ਲੱਭਿਆ ਤਾਂ ਮੈਂ ਲਿੰਕ ਉੱਪਰ ਉਹ ਜਿਹੜਾ ਆਈ ਮੈਸੇਜ 'ਚ ਆਉਂਦਾ ਹੁੰਦਾ ਜੋ ਵੀ ਹੁੰਦਾ ਉੱਥੇ ਲੱਗਿਆ। ਉਹ ਫੋਨ 'ਤੇ ਮੈਨੂੰ ਲੱਗਦਾ ਫੋਨ 'ਤੇ ਨਹੀਂ ਲੱਗਦਾ ਹੈਗਾ ਉਹ, ਨਾ ਫੋਨ 'ਤੇ ਮੈਂ ਸਿੱਧੀ ਉਹ ਅਪਲੋਡ ਕਰ ਦਿੰਦਾ ਐਪ ਦੇ ਵਿੱਚ। ਅਤੇ ਇੱਥੇ ਇੱਕ ਮੈਂ ਫੋਟੋ ਲਾ ਦੂੰਗਾ, ਤੁਸੀਂ ਉਹ ਸਰਚ ਕਰ ਲਿਓ ਜਾ ਕੇ, ਉਹ ਲੱਭੇ ਜਾਣੀ ਆ ਤੁਹਾਨੂੰ, ਹੈ ਨਾ। ਅਤੇ ਇੱਕ ਸਵਾਲ ਹੋਰ ਸੀ ਵੀਰਾਂ ਦਾ ਵੀ ਬਲੌਗ ਰੋਜ਼ ਪਾਇਆ ਕਰ। ਵੀਰੇ ਬਲੌਗ ਰੋਜ਼ ਪਾਉਣ ਦਾ ਇਹ ਆ ਵੀ ਟਰੱਕ 'ਤੇ ਕਈ ਵਾਰ ਟਾਈਮ ਲੱਗਦਾ, ਕਈ ਵਾਰ ਲੱਗਦਾ ਨਹੀਂ, ਹੈ ਨਾ। ਟਰੱਕ ਚਲਾਉਣਾ ਵੀ ਹੁੰਦਾ, ਐਡਿਟ ਵੀ ਕਰਨੀ ਹੁੰਦੀ ਆ, ਫਿਰ ਵੀਡੀਓ ਪਾਉਣੀ ਵੀ ਹੁੰਦੀ ਆ, ਉਹਦੇ ਕਰਕੇ ਰੋਜ਼ ਨਹੀਂ ਪੈਂਦੀ। ਇੱਕ ਵੀਡੀਓ ਵੱਡੀ ਵੱਡੀ ਵੀਰੇ, ਜਿੰਨੀ ਵੱਡੀ ਵੀਡੀਓ ਹੋਊਗੀ ਉਹਨੂੰ ਐਡਿਟ ਕਰਨ ਨੂੰ ਉਨਾ ਟਾਈਮ ਲੱਗੂਗਾ, ਹੈ ਨਾ। ਵੈਸੇ ਚਲੋ ਇੰਨਾ ਕੋਈ ਖਾਸ ਤਾਂ ਐਡਿਟ ਨਹੀਂ ਕਰੀਂਦੀ, ਪਰ ਫਿਰ ਵੀ ਟਾਈਮ ਤਾਂ ਲੱਗਦਾ ਜੀ। ਇੱਕ ਵਾਰ ਤਾਂ ਜੇ ਲਾ ਲਓ ਵੀ 25 ਮਿੰਟ ਦੀ ਵੀਡੀਓ ਬਣਾਈਆਂ ਨੇ, ਉਹਦੇ 'ਚੋਂ 11-12 ਕੁ ਮਿੰਟ ਦੀ ਉਹ ਵੀਡੀਓ ਰਹਿ ਜਾਂਦੀਆਂ ਨੇ, ਕਿਤੇ ਗਾਲ ਨਿਕਲ ਗਈ, ਕੁਛ ਹੋ ਗਿਆ, ਸਾਰਾ ਕੁਝ ਦੇਖਣਾ ਪੈਂਦਾ, ਹੈ ਨਾ। ਉਹ ਚੀਜ਼ਾਂ ਧਿਆਨ ਰੱਖਣਾ ਪੈਂਦਾ, ਤਾਂ ਕਰਕੇ ਵੀਡੀਓ ਘੱਟ ਪੈਂਦੀ ਆ। ਅਤੇ ਇੱਕ ਵੀਰੇ ਦਾ ਹੋਰ ਸੀ ਵੀ ਮੈਂ ਐਡਿਟ ਕੱਚ ਕਰਦਾ, ਮੈਂ ਕਰਦਾ ਕਾਇਨ ਮਾਸਟਰ ਦੇ ਵਿੱਚ ਐਡਿਟ, ਸੌਖਾ ਉਹ ਬਿਲਕੁਲ, ਜੇ ਮਾੜਾ ਮੋਟੇ ਲਿਖਣਾ ਲੁਖਣਾ ਵੀ ਹੁੰਦਾ ਜੋ ਵੀ ਕਰਨਾ ਹੁੰਦਾ ਉਹ 'ਚ ਹੋ ਜਾਂਦਾ, ਕਾਇਨ ਮਾਸਟਰ ਫੋਨ ਦੇ ਵਿੱਚ ਕਾਇਨ ਮਾਸਟਰ 'ਤੇ ਹੀ ਕਰਦਾ ਮੈਂ, ਅਤੇ ਹੋਰ ਤਾਂ ਮੈਂ। ਅਤੇ ਆਹ ਥੱਲੇ ਰੇਲ ਆ ਰਹੀ ਆ, ਅਤੇ ਇਹਦੇ 'ਤੇ ਆਪਣੀ ਸਨੈਪਚੈਟ ਇੰਸਟਾਗ੍ਰਾਮ ਦਿੱਤਾ ਹੋਇਆ, ਜਾ ਕੇ ਫੋਲੋ ਕਰ ਲਓ, ਅਤੇ ਜਿਹੜੇ ਚੈਨਲ 'ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆਇਓ ਫਿਰ ਹੁਣ ਨਿਕਲਦੇ ਹਾਂ। ਨਹਾਈਆਂ ਧੋਈਆਂ ਹੋ ਗਈਆਂ, ਤਾਂ ਦੇਖੋ ਕਿੰਨਾ ਗਾਰਡਰ ਲੱਗਿਆ ਪਿਆ, ਨਜ਼ਾਰੇ ਹੀ ਬੰਨੇ ਪਿਆ। ਹਾਂ ਕਿਆ ਬਾਤਾਂ ਨੇ ਬਾਬਿਓ, ਇਹ ਝੋਟੇ ਨੂੰ ਝੋਟਾ ਲੱਦੀ ਫਿਰਦਾ, ਦਿਨ ਦੇਖੋ ਕਿੰਨਾ ਗਾਰਡਰ ਲੱਗਿਆ। ਵੇਅਰ ਹਾਊਸ ਹੈ ਜਿੱਥੇ ਆਪਾਂ ਗਏ ਸੀ, ਉਹ ਹੈਗਾ ਸਟਰੀਟ ਦੇ ਪਰਲੇ ਪਾਸੇ, ਅਤੇ ਉੱਥੇ ਥਾਂ ਨਹੀਂ ਸੀ ਹੈਗੀ। ਇਹ ਕਹਿੰਦੇ ਭਾਈ ਤੇਰੀ ਅਪੁਆਇੰਟਮੈਂਟ ਹੈਗੀ 7 ਵਜੇ ਦੀ, ਤੂੰ ਇੱਦਾਂ ਕਰੇ ਤੁਹਾਨੂੰ ਨਿਕਲ, ਅਤੇ ਮੈਂ ਉਦੋਂ ਨਿਕਲਿਆ ਨਹੀਂ ਹੈਗਾ। ਮੈਂ ਉਹਨਾਂ ਦੀ ਯਾਰਡ ਦੇ ਵਿੱਚ ਟਰੱਕ ਲਾਦਾ ਟੇਡਾ ਜਿਹਾ ਕਰਕੇ ਮੁੜ ਕੇ ਉਹਨਾਂ ਦਾ ਬੰਦਾ ਆਇਆ, ਉਹ ਮੈਨੂੰ ਹੁਣ ਇੱਥੇ ਛੱਡ ਕੇ ਗਿਆ, ਅਤੇ ਉਹਨੇ ਆਪਦਾ ਟਰੱਕ ਮੂਹਰੇ ਲਾ ਲਿਆ ਸੀ, ਕਹਿੰਦਾ ਭਾਈ ਵੀ ਮੈਨੂੰ ਫੋਲੋ ਕਰ, ਅਤੇ ਹੁਣ ਇੱਥੇ ਦੱਸ ਕੇ ਗਿਆ ਵੀ ਤੂੰ ਇੱਥੇ ਪਾਰਕ ਲਾ ਸਕਦਾ, ਪਰ ਇਹ ਪਾਰਕਿੰਗ ਨਹੀਂ ਹੈਗੀ, ਇਹ ਤਾਂ ਇਹਨਾਂ ਦਾ ਵੇਅਰ ਹਾਊਸ ਜਾਂ ਕੋਈ ਹੋਰ ਲਵੇ ਵਾਲਾ, ਉਹ ਮੈਨੂੰ ਲੱਗਦਾ ਵੀ ਰੈਂਟ ਰੂੰਟ ਤਾਂ ਨਹੀਂ ਚੜਿਆ ਖਾਲੀ ਪਿਆ ਉਹ, ਅਤੇ ਹੁਣ ਇੱਥੇ ਖੜਾ ਗਿਆ, ਦੇਖਦੇ ਹੁਣ ਕਿੰਨਾ ਟਾਈਮ। ਪਰ ਮੈਂ ਉਹਨੂੰ ਇੱਕ ਝੂਠ ਬੋਲਤਾ, ਉਹ ਕਹਿੰਦਾ ਤੂੰ ਚੈੱਕ ਇਨ ਕਰਾਤੀ, ਮੈਂ ਚੈੱਕ ਇਨ ਕਰਾਉਣ ਗਿਆ ਸੀ, ਉਹ ਕਹਿੰਦੇ ਵੀ 9 ਵਜੇ ਆਈ, ਉਦੋਂ ਪਹਿਲਾਂ ਚੈੱਕ ਇਨ ਨਹੀਂ ਕਰਦੇ। ਫਿਰ ਮੈਂ ਕਿਹਾ ਵੀ ਚੱਲ ਹੁਣ ਖੜਿਆ, ਉਦੋਂ ਮੈਂ ਕਹਿ ਤਾ ਉਹਨੂੰ, ਮੈਂ ਕਿਹਾ ਹਾਂ ਚੈੱਕ ਇਨ ਕਰਾਈਏ, ਮੈਂ ਕੀ ਪਤਾ ਇੱਥੇ ਕਹਿ ਦੂੰਗਾ ਵੀ ਚੱਲ ਕੋਈ ਨਹੀਂ ਖੜਾ ਰਹੇ, ਪਰ ਉਹ ਕਹਿੰਦਾ ਮੈਨੂੰ ਫੋਲੋ ਕਰ, ਕੋਈ ਨਹੀਂ ਹੁਣ ਆਪਾਂ ਨੂੰ ਜਾਣਾ ਪੈਣਾ ਮਿੱਤਰੋ, ਤੁਰ ਕੇ 5 ਵਜੇ ਜਾਵਾਂਗੇ ਆਪਾਂ ਚੈੱਕ ਇਨ ਕਰਾਉਣ, ਅਤੇ ਜੇ ਖੜਨਾ ਹੀ ਪੈ ਗਿਆ ਉੱਥੇ ਘੰਟਾ ਖੜ ਜਾਂ, ਘੰਟਾ ਪਹਿਲਾਂ ਤਾਂ ਸਾਰੇ ਲੈ ਹੀ ਲੈਂਦੇ ਆ ਨਾ। ਰੋਟੀ ਰੂਟੀ ਖਾ ਲਈ ਆ, ਅਤੇ ਹੁਣ 2 ਘੰਟੇ ਸੌਂਦੇ ਆਪਣੇ ਕੋਲ, 5 ਵਜਣ 'ਚ 2 ਘੰਟੇ ਪਿਆ, 3 ਵਜੇ ਆ ਹਜੇ, 2 ਘੰਟੇ ਸੌਵਾਂਗੇ ਅਤੇ ਫਿਰ ਦੇਖਦੇ ਜਾ ਕੀ ਬਣਦਾ। 2-3 ਅਲਾਰਮ ਲਾਏ, ਫਿਰ ਕਿਤੇ ਜਾ ਕੇ ਅੱਖ ਖੁੱਲ੍ਹੀ ਆ, ਨੀਂਦ ਬੜੀ ਘੈਂਟ ਆਈ, ਅਤੇ ਪੂਰੇ ਪੂਰੇ ਟਾਈਮ 'ਤੇ ਆਇਆ ਚੈੱਕ ਇਨ ਕਰਾਈ ਇਹਨਾਂ ਦੇ ਕੋਲ,
ਤੇ ਹੁਣ ਇੱਥੇ ਬਹਿ ਗਿਆ। ਮੈਂ ਕਿਹਾ ਚੱਲ ਇੰਨੇ ਬਹਿ ਕੇ ਇੱਥੇ ਹਵਾ ਲੈਂਦੇ ਹਾਂ ਘੈਂਟ ਘੈਂਟ ਜੀ। ਪਰ ਇਹ ਕਹਿੰਦਾ ਹਜੇ ਵੀ ਹਜੇ ਨਹੀਂ ਤੇਰੀ ਵਾਰੀ ਆਉਣੀ ਹੈਗੀ, ਹਜੇ ਟਾਈਮ ਲੱਗੂਗਾ, ਤੇਰੀ ਅਪੁਆਇੰਟਮੈਂਟ 7 ਵਜੇ ਦੀ ਆ, ਹਾਲੇ ਤਾਂ 4:30 ਹੋਏ ਆ। ਸੋ ਹਵਾ ਦਾ ਆਨੰਦ ਲੈਂਦੇ ਹਾਂ ਇੰਨੇ। ਟੈਂਪਰੇਚਰ ਹੈਗਾ ਇੱਥੇ ਮੇਰੇ ਹਿਸਾਬ ਨਾਲ 95-97 ਦਾ ਟੈਂਪਰੇਚਰ ਆ, ਅਤੇ ਠੰਡੀ ਹਵਾ ਚੱਲ ਰਹੀ ਆ, ਨਜ਼ਾਰਾ ਹੀ ਆਇਆ ਪਿਆ। ਐਂ ਲੱਗਦਾ ਜਿਵੇਂ ਜਾਂਡ ਦੇ ਥੱਲੇ ਬੈਠੇ ਹੁੰਦੇ ਹਾਂ। ਆ ਟੇਬਲ ਜਿਹਾ ਰੱਖਿਆ ਹੋਇਆ ਇਹਨਾਂ ਨੇ ਬੈਠਣ ਨੂੰ। ਮੈਂ ਤਾਂ ਆਪਣਾ ਅੰਦਰੋਂ ਅੰਦਰ ਹੀ ਬੈਠਾ ਰਹਿ ਗਿਆ, ਬਾਹਰੇ ਤਾਂ ਕਹਿੰਦੇ ਚੱਕ ਲਓ ਹੋਈ ਪਈ ਆ। ਕਿਆ ਨਜ਼ਾਰਾ ਬਣਿਆ ਪਿਆ, ਬੱਲੇ ਬੱਲੇ ਬੱਲੇ। ਚਲੋ ਵੀ ਐਂ ਕਰੋ ਕਚੌਰੀਆਂ ਧਰ ਲਓ, ਮੌਸਮ ਘੈਂਟ ਬਣਿਆ ਪਿਆ। ਕੁੱਤੀ ਬਾਈ ਵੀ ਆ, ਪਹਿਲਾਂ ਦੇਖ ਲਿਆ ਤੁਸੀਂ, ਫੋਨ ਨਹੀਂ ਆਇਆ ਹੈਗਾ, 2 ਘੰਟੇ ਹੋ ਗਏ ਉਹਨਾਂ ਦੇ। ਮੈਂ ਕਿਹਾ ਵੀ ਆ ਜੂਗਾ ਪਰ ਆਇਆ ਨਹੀਂ ਹੈਗਾ ਹਜੇ। ਮਾੜੀ ਗੱਲ ਆ ਉਹਨਾਂ ਦੀ। ਹੋ ਚਲੋ ਬਾਹਰੇ ਗੇੜੀ ਫੇੜੀ ਦਿੰਦੇ ਹਾਂ ਤੁਰ ਕੇ, ਵੈਦਰ ਘੈਂਟ ਆ, ਹਲੇ ਉਹਨਾਂ ਦਾ ਫੋਨ ਆਊਗਾ। ਤਾਰ ਲਿਆ, ਬਾਹਰੇ ਤੁਰਨ ਫਿਰਨ ਗਏ ਸੀ, ਵੈਦਰ ਪੂਰਾ ਘੈਂਟ ਸੀ। ਆਪਾਂ ਨੇ ਆਪਾਂ ਨੇ ਵੀਡੀਓ ਦੇਖ ਲਈ ਹੋਣੀ ਆ ਹੈ ਨਾ, ਥੋੜ੍ਹੇ ਸ਼ੋਰਟ ਜਿਹੇ ਲਏ ਸੀ, ਅਤੇ ਹਲੇ ਤਾਂ ਬਣ ਰਹੀ ਸੀ, ਉਹਦਾ ਕਹਿੰਦਾ ਰੀਲਾਂ ਬਣਾਉਣ ਲੱਗਿਆ ਸੀ। ਆਹ ਥੱਲੇ ਰੇਲ ਗੱਡੀ ਆਊਗੀ, ਇਹ ਤਾਂ ਆਪਣੇ ਇੰਸਟਾਗ੍ਰਾਮ 'ਤੇ ਸਨੈਪਚੈਟ ਦਿੱਤੀ, ਉਹਨੂੰ ਫੋਲੋ ਕਰ ਲਿਓ, ਕਿਉਂਕਿ ਉਹ ਤਾਂ ਆ ਰੀਲਾਂ ਬਣਾਉਣੀਆਂ ਸੀ ਉਹਨਾਂ ਲਈ। ਪਰ ਉਹਨਾਂ ਦਾ ਫੋਨ ਆ ਗਿਆ, ਕਹਿੰਦੇ ਡੋਰ ਦੇ ਦਿੱਤੀ ਤੈਨੂੰ, ਵੱਜ ਗਿਆ। ਹੁਣ ਆਪਣੇ ਕੋਲ ਵੱਜ ਗਿਆ ਮਿੱਤਰੋ 8 ਕੁਛ, ਅਤੇ ਹੁਣ ਡੋਰ ਮਿਲੀ ਆਪਾਂ ਨੂੰ, ਠੀਕ ਆ। ਅਤੇ ਮੌਸਮ ਘੈਂਟ ਆ, ਅਤੇ ਅਗਲਾ ਲੋਡ ਵੀ ਆ ਗਿਆ ਆਪਣੇ ਕੋਲੋਂ, ਉਹ ਇੱਥੋਂ 70 ਕੁ ਮੀਲਾਂ ਤੋਂ ਚੱਕਣਾ ਜਾ ਕੇ ਆਪਾਂ ਨੇ, ਅਤੇ ਉਹ ਚੱਕ ਕੇ ਸਿੱਧਾ ਪਿੰਡ ਨੂੰ ਲੈ। ਰੋਡ 'ਚ ਖੜ੍ਹਾ ਸੀ, ਗੇਅਰ ਪਾਇਆ ਹੀ ਨਹੀਂ। ਮੈਂ ਵੀ ਸੋਚੀ ਜਾਂਦਾ ਵੀ ਰੇਸ ਦਿੱਤੀ ਤਾਂ ਕੋਈ ਫਾਇਦਾ ਹੀ ਨਹੀਂ ਹੋ ਰਿਹਾ। ਸੋ ਵੀਡੀਓ ਤੋਂ ਧਿਆਨ ਹਟਾਈਏ, ਬੈਗ ਬੁੱਕ ਲਾਉਣਾ, ਡਾਕੂਮੈਂਟ ਥੋੜ੍ਹੀ ਜਿਹਾ ਤੰਗ ਨੇ ਤਾਂ ਕਰਕੇ। ਡੋਰ ਨੰਬਰ ਹੈਗਾ 23, ਕਿੰਨਾ 23, ਠੀਕ ਆ, ਯਾਦ ਰੱਖਿਓ। ਮੈਂ ਵੀਡੀਓ ਕੱਢ ਕੇ ਦੇਖੂੰਗੀ, ਪਰ ਭੁੱਲੇ ਜਾਈਦਾ ਅੰਦਰ ਹੈਗੇ। ਓਕੇ, ਆਹ ਡੋਰ 'ਤੇ ਲਾਉਣਾ ਆਪਾਂ ਨੇ 23 'ਤੇ, ਥਾਂ ਤਾਂ ਆਪਾਂ ਨੂੰ ਵਧੀਆ ਖੁੱਲ੍ਹੀ ਮਿਲ ਗਈ, ਕੰਮ ਸੈੱਟ ਆ ਇੱਥੇ। ਅੱਛਾ, ਡੋਰ ਅੰਦਰੇ ਖੁੱਲ੍ਹਦੇ ਆ ਤੇ ਆਪਾਂ ਨਹੀਂ ਖੋਲ੍ਹਣਾ ਹੈ। ਓਕੇ, ਡੋਰ ਇਹਦਾ ਮਿੰਟੋ ਮਿੰਟ ਹੀ ਲੱਗ ਗਿਆ, ਕਿਉਂਕਿ ਆਪਾਂ ਨੂੰ ਥਾਂ ਬਹੁਤ ਖੁੱਲ੍ਹੀ ਮਿਲ ਗਈ। ਪਰ ਇੱਥੇ ਟਰੱਕ ਖੜ੍ਹੇ ਹੁੰਦੇ ਆ, ਫਿਰ ਬੈਕ ਲਾਉਣੀ ਬਹੁਤ ਔਖੀ ਹੋ ਜਾਂਦੀ ਆ। ਮੈਡਮ ਕਹਿੰਦੀ ਆਹ ਦੇਖੋ, ਤੁਹਾਨੂੰ ਦਿਖਾਵਾਂ ਮੈਂ, ਇਹ ਆਹ ਦੇਖੋ, ਜੇ ਉੱਧਰੋਂ ਮੂਹਰੇ ਟਰੱਕ ਖੜ੍ਹੇ ਆ ਅਤੇ ਆਹ ਵੀ ਟਰੱਕ ਆ, ਫਿਰ ਬੈਕ ਲਾਉਣੀ ਬਹੁਤ ਔਖੀ ਆ। ਹੁਣ ਆਪਣੇ ਮੂਹਰੇ ਤਾਂ ਮੌਜਾਂ ਲੱਗੀਆਂ ਹੋਈਆਂ ਸੀ ਵੀ ਜਿਵੇਂ ਮਰਜ਼ੀ ਭੰਗੜੇ ਪਾਓ, ਅਤੇ ਗਾਹ ਯੰਤਰ ਵੀ ਲਾਉਣਾ ਪੈਂਦਾ। ਇਹ ਫਿਰ ਅੰਦਰ ਜਾ ਕੇ ਦੱਸਦਾ ਇਹਨਾਂ ਨੂੰ, ਆਹ ਤਾਰ ਲਾਈ ਹੋਈ ਆ ਵੀ ਭਾਈ ਬੰਦੇ ਨੇ ਟਾਇਰ ਲੌਕ ਕਰਤੇ ਆ।
ਕੇ ਆਖੋ ਫਿਰ ਹੁਣ ਅੰਦਰ ਜਾਣ ਤੋਂ ਪਹਿਲਾਂ ਆਪਾਂ ਬੂਟ ਪਾ ਲਈਏ ਕਈ ਵਾਰ ਦਿੱਪੜ ਦਿੰਦੇ ਅੰਦਰੋਂ ਕਹਿੰਦੇ ਨੇ ਬੂਟ ਪਾ ਕੇ ਆਓ ਆਪਣਾ ਕੰਮ ਡਨ ਤੇ ਹੁਣ ਆਪਾਂ ਅੰਦਰ ਚੱਲੀਏ ਅੰਦਰ ਦਾ ਕੰਮ ਰੰਗੀਨ ਹੋਇਆ ਵਿਆ चलो तैयारियां चक लो करा देनी है कहना चक लो इथे नहीं सानू कोई डर हैगा इंडिया की हाड़ी हूड़ी चकनी होंदी सी उदो डर लगता सी हुण सानू कोई डर नहीं हैगा ठीक है आ लै इधरों असीं भी लट्टां मारते तैनू हाई बीम भी मारते कर लै जिहड़ा कुछ हुंदा नहीं नहीं इदां नहीं कहना हैगा इहनू हड़ लिया दिंदा इत्थे इह बच के रहना नहीं भरावा मजाक करदा कि सीरीयस लै जिवें ठीक है डिज़नीलैंड आ जिहड़ा सब तो वड्डा है वर्ल्ड का डिज़नीलैंड वो आ इह एक एल ए एक इत्थे आ ते एक मैनू लगता भी हैगा एक यूरोप दे विच आ यूरोप दे विच मेरे याद नहीं आता हैगा भी वो कित्थे आ मैनू लगता जिथे जिथे वो टावर नहीं हैगा काफ़ी बड़ा काफ़ी फेमस ही जगह हो उत्थे आ ते एक इत्थे ये सब तो बड़ा जानी जिहड़ा इत्थे वाला फलोरिडा दे विच आ जिहड़ा ये सब तो बड़ा ते फिर दूए नंबर ते आउंदा मैनू लगता एल ए वाला फिर आउंदा दुध हो दुध तो है पर अपनी पसंद का नहीं है इन्होंने कम सार देना कुछ लेना लव दे गैस स्टेशन घैंट होंगे बाकी सफाई भी वधिया होंगी इन्हें दसो कि लैम्बरगिनी लैनी है जिहड़ी ते दिलगर दा हथ रख दो ही लै देंगे कैडी लैग दे पिक मस्टैंगा खड़िया ने बीमर खड़िया ने दसो कड़ी लैनी है चलो चलिए पहला मैं इत ही सोचता सी भी इत ही डेरा लावे अज पर नाले बालमाट आदे चक्कर च ट्रक बहुत ज्यादा खड़ते इत आपू पार्किंग नहीं मिली फिर हम दुध लैके उ चलते आप जाके देखा भी की बनता जो उ पार्किंग मिल गई तो ठीक आ पार्किंग की मिलनी उ सड़क तो ही लाना पैना अपन सवेरे खोलन गए वो तो 7 बजे खुलते फिर अंदर एंटर हो सकते उन्ना टाइम स्ट्रीट पर ही लाना पैना ट्रक इतने तो नाल बाल माट करके पार्किंग नहीं इतने मिलती चलो देखिए की बनता उ जाके इदा बहुत औखा हो जाता यार हूँ ट्रक का जो ट्रांसमिशन वह कम नहीं कर रहा है ना लव का यही एंट्रेंस आ यही एग्जिट आ खड़ भी बिल्कुल बिचाले गया हूँ ये तो खड़ा ही खड़ा नाल आप ही फस गए हूँ मगर लैन लगू अजे आप ही खड़े हाँ जोड़ा मूहरों आऊगा वह भी नहीं निकल सकता क्योंकि पतंदर ने बिल्कुल बिच ला लिया ना अगे करे ना पिछे करे हो गए यार दुध लेना है बिच बचाले फस गए चलो कोई नहीं देखते हैं की बनता नहीं परले पासे नू सेट जा करके उत्थे खड़ा के आप ही 4-way फ्लैशर ला के नाल ही सो जाने हल कोई नहीं है यार चलो पुरंदर ने गब्बे रूट
ਹੁਣ ਇਹ ਨਾ ਇੱਧਰ ਨੂੰ ਹੁੰਦਾ ਨਾ ਇੱਧਰ ਨੂੰ ਹੁੰਦਾ, ਇੰਡੀਆ ਵਾਲਾ ਕੰਮ ਵੀ ਨਹੀਂ ਧੱਕਾ ਲਾ ਦੀ ਇਹਨੂੰ ਬੜਾ। ਹਾਂ ਬਈ ਉੱਥੋਂ ਤਾਂ ਆਪਾਂ ਨਿਕਲੇ ਔਖੇ ਸੌਖੇ ਹੋ ਕੇ, ਕਿਉਂਕਿ ਇੱਕ ਟਾਇਰ ਆਪਾਂ ਨੂੰ ਜਿਹੜੀ ਹੁੰਦੀ ਆ ਕਰਬ 'ਤੇ ਚਾੜਨਾ ਪੈ ਗਿਆ ਸੀ, ਅਤੇ ਫਿਰ ਵੀ ਉੱਪਰ ਟਾਈਮ ਲੱਗ ਗਿਆ ਸੀ, ਉੱਥੇ ਖੜੇ ਨੂੰ ਕਾਫੀ ਮਗਰ ਲੈਣ ਲੱਗ ਗਈ ਸੀ। ਫਿਰ ਕਹਿੰਦੇ ਵੀ ਇੱਧਰ ਦੀ ਕੱਢਣਾ ਹੀ ਪੈਣਾ, ਪਹਿਲਾਂ ਆਪਾਂ ਨੂੰ ਇਹ ਕਰਨੀ ਪੈਣੀ ਸੀ ਕਿਉਂਕਿ ਮੂਹਰੇ ਟਰੱਕ ਆਉਣਾ ਸੀ, ਅਤੇ ਫਿਰ ਪਹਿਲ ਕੀਤੀ ਆਪਾਂ ਨੇ, ਫਿਰ ਸਾਰੇ ਹੀ ਮਗਰ ਉੱਦਾਂ ਉੱਦਾਂ ਆਏ, ਅਤੇ ਜਿੱਥੇ ਅੱਜ ਹੁਣ ਮੈਂ ਪਾਰਕਿੰਗ ਮਿਲੀ ਮੈਂ ਨਿਕਲ ਉੱਥੋਂ ਨਿਕਲਣ ਲੱਗੇ ਜਿੰਨਾ ਕੁ ਟਾਈਮ ਉੱਥੇ ਮੈਂ ਵੇਟ ਕਰਦਾ, ਮੈਂ ਸਰਚ ਕਰਨ ਲੱਗ ਗਿਆ ਇੱਥੇ ਨੇੜੇ ਹੋਰ ਕੀ ਆ। ਅਤੇ ਅੱਜ ਪਹਿਲੀ ਵਾਰ ਮੈਨੂੰ ਲੱਗਦਾ ਵੀ ਆਪਣੇ ਬਲੌਗ ਦੇ ਵਿੱਚ ਜਿੰਨੀ ਥਾਂ ਅੱਜ ਤੱਕ ਆਪਾਂ ਕਿਤੇ ਟਰੱਕ ਨਹੀਂ ਇੱਥੇ ਪਾਰਕ ਕੀਤਾ ਜਿੱਥੇ ਅੱਜ ਕੀਤਾ। ਸੋ ਅੱਜ ਆਪਾਂ ਨੇ ਟਰੱਕ ਪਾਰਕ ਕੀਤਾ ਮੈਕਡੋਨਲ ਦੀ ਪਾਰਕਿੰਗ ਦੇ ਵਿੱਚ, ਇੱਥੇ ਸਪੈਸ਼ਲ ਟਰੱਕਾਂ ਲਈ ਪਾਰਕਿੰਗ ਬਣੀ ਹੋਈ ਆ, ਬਣੀ ਹੁੰਦੀ ਆ ਐਲ ਏ ਦੇ ਵਿੱਚ ਹੈਗੀ ਆ ਮੈਨੂੰ ਲੱਗਦਾ, ਇੱਕ ਵਾਰਨਨ ਪਤਾ ਨਹੀਂ ਕਿੱਥੇ ਆ ਉੱਥੇ ਵੀ ਹੈਗੀ ਆ, ਅਤੇ ਇੱਕ ਵਾਰ ਮੈਂ ਸ਼ਾਇਦ ਡੈਲਸ ਦੀ ਗੱਲ ਆ ਉੱਥੇ ਲਾਇਆ ਸੀ, ਅਤੇ ਅੱਜ ਫਲੋਰੀਡਾ ਦੇ ਵਿੱਚ ਹੈਗੀਆਂ। ਮੈਕਡੋਨਲ ਦੇ ਉੱਪਰ ਟਰੱਕ ਪਾਰਕਿੰਗਾਂ ਪਰ ਘੱਟ ਨੇ, ਬਾਲਮਾਡਾਂ ਦੇ ਵਿੱਚ ਵੀ ਹੁੰਦੀਆਂ ਨੇ ਸਪੈਸ਼ਲ ਬਣੀਆਂ ਵੀ ਆ, ਪਰ ਅੱਜ ਆ ਸਰਾ ਅੱਜ ਮਹਾਵੀਰ ਵੀ ਦਿਖਾਉਂਦੇ ਆ, ਸ਼ਾਇਦ ਮੂਡ ਤਾਂ ਹੈਗਾ ਵੀ ਡਰਾਉਣ ਚਾੜਨ ਦਾ, ਵੀ ਇੱਥੇ ਡਰਾਉਣ ਚਾੜ ਦਿੰਦੇ ਹਾਂ, ਪਰ ਮੈਨੂੰ ਨੀਂਦ ਵੀ ਆਉਂਦੀ ਆ ਸਵੇਰੇ ਉੱਠਣਾ, ਤਾਂ ਕਰਕੇ ਇਹ ਚੀਜ਼ ਆ ਵੀ ਅੱਜ ਆਪਣੀ ਪਾਰਕਿੰਗ ਲੱਗੀ ਆ ਮੈਕਡੋਨਲ 'ਤੇ ਦਿਖਾਵਾਂ ਪਾਰਕ। ਆਹ ਦੇਖੋ ਆਹ ਮੈਕਡੋਨਲ ਵਾਲਿਆਂ ਦਾ ਡਰਾਈਵ ਥਰੂ ਆ ਗਿਆ, ਸਾਈਨ ਜਾ ਕਿੱਥੇ ਇਹਨਾਂ ਦਾ, ਉਹ ਸੀ ਉਹ ਲੱਗਿਆ ਹੋਇਆ ਉੱਪਰ ਮੈਕਡੋਨਲ ਵਾਲਿਆਂ ਦੀ ਪਾਰਕਿੰਗ ਆ, ਇਹ ਹੈ ਥੋੜ੍ਹੀ ਓ ਆ, ਜਿਵੇਂ ਆਹ ਡਰਾਈਵ ਥਰੂ ਆ ਗਿਆ ਇਹਨਾਂ ਦਾ, 2, 4, 6, 8, 10, 11 ਵੈਸੇ 11 ਟਰੱਕਾਂ ਦੀ ਪਾਰਕਿੰਗ ਆ ਐਕਸਟਰਾ ਲੱਗਿਆ ਹੋਇਆ, ਇੱਕ ਉਹ ਉੱਥੇ ਵੀ ਲੱਗ ਸਕਦਾ ਮੈਨੂੰ ਲੱਗਦਾ। ਸੋ 11 ਟਰੱਕਾਂ ਦੀ ਪਾਰਕਿੰਗ ਆ ਇੱਥੇ, ਇੰਨੀ ਕੁ ਹੁੰਦੀ ਆ ਸਵੇਰੇ ਮੈਨੂੰ ਲੱਗਦਾ ਵੀ ਇੱਧਰ ਦੀ ਟਰੱਕ ਨਿਕਲਣਗੇ ਜਾਂ ਇੱਥੋਂ ਦੀ ਬੈਕ ਜਾਣਗੇ ਟਰੱਕ। ਆਹ ਵੀ ਮੈਕਡੋਨਲ ਦੀ ਪਾਰਕਿੰਗ 'ਚ ਟਰੱਕ ਲਾਇਆ ਅੱਜ ਆਪਾਂ ਨੇ, ਲਓ ਵੀ ਮਿੱਤਰੋ ਅੱਜ ਦਾ ਬਲੌਗ ਕਰਦੇ ਹਾਂ ਇੱਥੇ ਬੰਦ, ਕਿਉਂਕਿ ਹੁਣ ਸੌਈਏ। ਇਹ ਬਲੌਗ ਮੈਨੂੰ ਲੱਗਦਾ ਬਹੁਤ ਛੋਟਾ ਹੋਣਾ, ਪਰ ਕੋਈ ਨਹੀਂ ਸਾਰ ਲਿਓ ਜਿੱਡਾ ਵੀ ਹੈਗਾ, ਜਿਹੜੇ ਚੈਨਲ 'ਤੇ ਨਵੇਂ ਆ ਕੱਲ੍ਹ ਨੂੰ ਨਵਾਂ ਲੈ ਕੇ ਆਵਾਂਗੇ। ਕੱਲ੍ਹ ਨੂੰ ਨਿਕਲਾਂਗੇ ਪਿੰਡ ਨੂੰ, ਆਪਾਂ ਪਿੰਡ ਨੂੰ ਨਿਕਲੇ ਜਾਣਾ ਕੱਲ੍ਹ ਨੂੰ, ਲੱਗ ਜਾਣੇ 3 ਕੁ ਦਿਨ 3-4 ਦਿਨ ਆਪਾਂ ਨੂੰ ਜਾਂਦਿਆਂ ਨੂੰ, ਅਤੇ ਕੱਲ੍ਹ ਦਾ ਬਲੌਗ ਨਵਾਂ ਸਟਾਰਟ ਕਰਾਂਗੇ। ਜਿਹੜੇ ਚੈਨਲ 'ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ।